ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਆਪ ਜੀ ਦਾ ਸਵਾਗਤ ਹੈ ਦੋਸਤੋ ਐਸਐਸਟੀ ਦੇ ਨਾਲ ਸੰਬੰਧਤ ਅੱਜ ਦਾ ਆਪਣਾ ਲੈਕਚਰ ਹੋਊਗਾ ਪੀਐਸਟੈਟ 2 ਦੇ ਵਿਦਿਆਰਥੀ ਜਿਹੜੇ ਐਸਐਸਟੀ ਵਿਸ਼ੇ ਦੇ ਨਾਲ ਸੰਬੰਧਤ ਨੇ ਸੋ ਉਹਨਾਂ ਦੇ ਲਈ ਆਪਣਾ ਇਹ ਲੈਕਚਰ ਹੈਗਾ 15 ਐਮਸੀਕਿਊ ਨੇ ਇੰਪੋਰਟੈਂਟ ਜਿਹੜੇ ਕਿ ਪੇਪਰਾਂ ਦੇ ਵਿੱਚ ਆਏ ਹੋਏ ਨੇ ਸੋ ਦੋਸਤੋ ਐਸਐਸਟੀ ਦੇ ਅਪਰ ਨੋਟਸ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਆ ਜੇਕਰ ਐਸਐਸਟੀ ਦੇ ਨੋਟਸ ਤੁਸੀਂ ਲੈਣੇ ਹੋਣ ਤਾਂ ਤੁਸੀਂ ਸਾਡੇ ਨੰਬਰ ਤੇ ਪੇਮੈਂਟ 400 ਕਰਨਾ ਹੈ ਸਿਰਫ ਪੇਮੈਂਟ ਕਰਨ ਵਾਲਾ ਨੰਬਰ ਤੁਸੀਂ ਲਿਖ ਸਕਦੇ ਹੋ 94645 94886 ਇਸ ਨੰਬਰ ਤੇ ਪੇਮੈਂਟ ਕਰਨੀ ਹੈ Google Pay PhonePe Paytm ਦੇ ਰਾਹੀਂ 188 ਵਾਲੇ ਨੰਬਰ ਤੇ 88474 70007 ਤੇ ਤੁਸੀਂ ਮੈਸੇਜ ਭੇਜਣਾ ਹੈ ਸਕਰੀਨਸ਼ਾਟ ਭੇਜਣਾ ਹੈ ਸੋ ਇਹਦੀ ਪੂਰੀ ਜਾਣਕਾਰੀ ਦੇ ਲਈ ਆਪਣੇ ਚੈਨਲ ਤੇ ਪਾਈ ਪਈ ਹੋਈ ਐਸਐਸਟੀ ਦੇ ਨੋਟਸਾਂ ਨਾਲ ਸੰਬੰਧਿਤ ਡੈਮੋ ਕਲਾਸ ਵੀ ਤੁਸੀਂ ਦੇਖ ਸਕਦੇ ਹੋ ਡੈਮੋ ਵੀਡੀਓ ਦੇਖ ਸਕਦੇ ਹੋ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੇ ਵੀ ਨੋਟਸ ਕਿੱਦਾਂ ਦੇ ਬਣੇ ਹੋਏ ਨੇ ਕਿਹੋ ਜਿਹਾ ਬਣੇ ਹੋਏ ਨੇ ਤੁਹਾਨੂੰ ਕਿਵੇਂ ਮਿਲਣਗੇ ਸੋ ਆਪਾਂ ਸ਼ੁਰੂ ਕਰ ਲਈਏ ਪਹਿਲਾ ਪ੍ਰਸ਼ਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਦੋਸਤਾਂ ਨੇ ਹਲੇ ਆਪਣੇ ਚੈਨਲ ਗੁਰੂ ਸਟਡੀ ਪੁਆਇੰਟ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਜਰੂਰ ਸਬਸਕ੍ਰਾਈਬ ਕਰੋ ਆਪਣੀ ਵੈਬਸਾਈਟ ਸਰਚ ਕਰੋ ਤੁਹਾਨੂੰ ਨਵੀਆਂ ਜਾਣਕਾਰੀਆਂ ਮਿਲਦंगीयां ਦੁਨੀਆਂ ਦੇ ਕਿਸ ਸ਼ਹਿਰ ਨੂੰ 빅 ਐਪਲ ਵਜੋਂ ਜਾਣਿਆ ਜਾਂਦਾ ਹੈ ਨਿਊਯਾਰਕ ਨੂੰ 스웨덴 ਨੂੰ ਕੈਨੇਡਾ ਨੂੰ ਜਾਂ ਜੁਗੰਤਾ ਨੂੰ ਸੋ ਦੁਨੀਆਂ ਦਾ ਕਿਹੜਾ ਸ਼ਹਿਰ ਹੈ ਜੀ ਜਿਹਨੂੰ 빅 ਐਪਲ ਦੇ ਤੌਰ ਤੇ ਜਾਣਿਆ ਜਾਂਦਾ ਹੈ অপਸ਼ਨ ਨੰਬਰ 1 ਸਹੀ ਹੈ ਨਿਊਯਾਰਕ ਅਗਲਾ ਪ੍ਰਸ਼ਨ ਕਰ ਲਈਏ 2 ਨੰਬਰ ਖਾਲਸਾ ਪੰਥ ਦੀ ਸਥਾਪਨਾ ਕਿੱਥੇ ਹੋਈ ਜੀ ਅਮਰਸਰ ਦੇ ਵਿੱਚ ਨਨਕਾਣਾ ਸਾਹਿਬ ਪਟਨਾ ਸਾਹਿਬ ਆਨੰਦਪੁਰ ਸਾਹਿਬ ਸੋ ਪਹਿਲਾਂ ਦੱਸ ਦਈਏ ਵੀ ਖਾਲਸਾ ਪੰਥ ਦੀ ਸਥਾਪਨਾ 1699 ਦੇ ਵਿੱਚ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਕੀਤੀ ਆਨੰਦਪੁਰ ਦੇ ਵਿੱਚ ਆਪਸ਼ਨ ਨੰਬਰ 4 ਸਹੀ ਹੈ ਸੋ ਦੋ ਤਿੰਨ ਗੱਲਾਂ ਖਾਲਸਾ ਪੰਥ ਦੀ ਸਥਾਪਨਾ ਕਿਨੇ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਕੈਮੇ ਗੁਰੂ 10ਵੇਂ ਗੁਰੂ 1699 ਦੇ ਵਿੱਚ ਦਿਨ ਕਿਹੜਾ ਸੀ ਵਿਸਾਖੀ ਵਾਲਾ ਸੋ ਪੰਜ ਪਿਆਰੇ ਸਹਿਬਾਨ ਸਾਜੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਆਪਸ਼ਨ ਨੰਬਰ 4 ਸਹੀ ਹੈ ਆਨੰਦਪੁਰ ਦੇ ਵਿੱਚ ਤਿੰਨ ਨੰਬਰ ਪ੍ਰਸ਼ਨ ਦੋਸਤੋ ਸੂਰਜ ਦੀਆਂ ਕਿਰਨਾਂ ਉਨਾਂ ਸਥਾਨਾਂ ਤੇ ਸਿੱਧੀਆਂ ਪੈਂਦੀਆਂ ਹਨ ਜਿਹੜੇ ਪੂਮਾਧਰ ਰੇਖਾ ਦੇ ਨੇੜੇ ਪੂਮਾਧਰ ਰੇਖਾ ਤੇ ਸਥਿਤ ਪੂਮਧਰ ਰੇਖਾ ਤੋਂ ਦੂਰ ਧਰੋਵਾਂ ਦੇ ਨੇੜੇ ਹੁੰਦੇ ਹਨ ਸੋ ਸੂਰਜ ਦੀਆਂ ਕਿਰਨਾਂ ਨੇ ਜਿਹੜੀਆਂ ਸਿੱਧੀਆਂ ਕਿੱਥੇ ਪੈਂਦੀਆਂ ਨੇ ਇਹ ਪੂਮਧਰ ਰੇਖਾ ਤੇ ਪੈਂਦੀਆਂ ਹੁੰਦੀਆਂ ਨੇ ਤਾਂ ਆਪਸ਼ਨ ਨੰਬਰ 2 ਸਹੀ ਹੋਊਗਾ ਪੂਮਧਰ ਰੇਖਾ ਤੇ ਸਥਿਤ ਸਥਾਨਾਂ ਤੇ ਮਤਲਬ ਸਿੱਧੀਆਂ ਰੇਖਾ ਪੈਂਦੀਆਂ ਨੇਗੀਆਂ ਕਿਰਨਾਂ ਪੈਂਦੀਆਂ ਨੇਗੀਆਂ ਸੂਰਜ ਦੀਆਂ ਤਾਂ ਹੀ ਇੱਥੇ ਗਰਮੀ ਜ਼ਿਆਦਾ ਹੁੰਦੀ ਹੈ ਪੂਮਧਰ ਰੇਖਾ ਤੇ ਗਰਮੀ ਜ਼ਿਆਦਾ ਹੁੰਦੀ ਹੈ ਜੀ 4 ਨੰਬਰ ਪ੍ਰਸ਼ਨ ਪਟਿਆਲਾ ਦਾ ਮੋਤੀ ਬਾਗ ਹੁਣ ਕਿਸ ਸੰਸਥਾ ਵਿੱਚ ਤਬਦੀਲ ਹੋ ਚੁੱਕਾ ਹੈ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦਫਤਰ ਪੰਜਾਬ ਰਾਜ ਬਿਜਲੀ ਬੋਰਡ ਪੰਜਾਬੀ ਯੂਨੀਵਰਸਿਟੀ ਦਫਤਰ ਡਿਪਟੀ ਕਮਿਸ਼ਨਰ ਸੋ ਪਟਿਆਲਾ ਦੇ ਵਿੱਚ ਜਿਹੜਾ ਮੋਤੀ ਬਾਗ ਬਣਿਆ ਹੋਇਆ ਮੋਤੀ ਬਾਗ ਦੇ ਵਿੱਚ ਹੁਣ ਕਿਹੜੀ ਸੰਸਥਾ ਦਾ ਦਫਤਰ ਹੈ ਜਾਂ ਜਿਹੜੀ ਕੰਮ ਕਰਦੀ ਹੈ ਸੋ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਆਪਸ਼ਨ ਨੰਬਰ 1 ਸਹੀ ਹੈ ਜੀ ਇਹ ਸੰਸਥਾ ਉੱਥੇ ਮੋਤੀ ਬਾਗ ਦੇ ਵਿੱਚ ਕੰਮ ਕਰਦੀ ਹੈ ਉੱਥੇ ਇਹਦੀ ਦਫਤਰ ਬਣਿਆ ਹੋਇਆ ਹੈ ਸੋ 5 ਨੰਬਰ ਪ੍ਰਸ਼ਨ ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਉਸ ਉੱਪਰ ਕਿਸ ਦਾ ਲੇਪ ਕੀਤਾ ਜਾਂਦਾ ਮਤਲਬ ਲੋਹਾ ਹੈ ਲੋਹੇ ਦੇ ਉੱਪਰ ਜੰਗ ਲੱਗ ਜਾਂਦੀ ਹੈ ਜਿਹੜੀ ਲੋਹਾ ਖਰਾਬ ਹੋ ਜਾਂਦਾ ਹੈ ਉਹ ਜੰਗ ਤੋਂ ਬਚਾਉਣ ਲਈ ਉਹਦੇ ਉੱਪਰ ਲੇਪ ਮਤਲਬ ਉਹ ਤੇ ਕਿਹੜੀ ਚੀਜ਼ ਲਾਈ ਜਾਂਦੀ ਹੈ ਮੰਨ ਲਓ ਇੱਕ ਸਰੀਆ ਲੋਹੇ ਦਾ ਇਹਨੂੰ ਜੰਗ ਤੋਂ ਬਚਾਉਣ ਲਈ ਇਹਦੇ ਉੱਪਰ ਮਤਲਬ ਕਿਹੜੀ ਚੀਜ਼ ਲਾਈ ਜਾਂਦੀ ਹੈ ਐਲੂਮੀਨੀਅਮ ਕਾਪਰ ਜ਼ਿੰਕ ਜਾਂ ਸੋਡੀਅਮ ਸੋ ਦੋਸਤੋ ਆਪਸ਼ਨ ਨੰਬਰ 3 ਸਹੀ ਹੈ ਜ਼ਿੰਕ ਦਾ ਲੇਪ ਕੀਤਾ ਜਾਂਦਾ ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਇਹਦੇ ਉੱਪਰ ਜੇ ਲੇਪ ਕੀਤਾ ਜਾਣਾ ਹੈ ਜਿਹੜੀ ਚੜਾਈ ਜਾਂਦੀ ਹੈ ਪਰਤ ਸੋ ਜ਼ਿੰਕ ਦੀ ਚੜਾਈ ਜਾਂਦੀ ਹੈ 5 ਨੰਬਰ ਪ੍ਰਸ਼ਨ ਦੇ ਅਨੁਸਾਰ ਆਪਸ਼ਨ ਨੰਬਰ 3 ਸਹੀ ਹੈ ਪਹਿਲਾ ਭਾਰਤੀ ਸੰਸਾਰ ਉਪਗ੍ਰਹਿ ਕਿਹੜਾ ਸੀ ਆਰੀਆ ਪਟ ਸੀ ਪਾਸਕਰਾ 1 ਸੀ ਐਪਲ ਸੀ ਚੰਦਰਜਨ 1 ਸੀ ਸੋ ਪਹਿਲਾ ਭਾਰਤੀ ਸੰਸਾਰ ਉਪਗ੍ਰਹਿ ਕਿਹੜਾ ਸੀ ਜੀ ਆਰਿਆ ਭਟ ਦੇ ਨਾਲ ਜਾਵਾਂਗੇ ਆਰਿਆ ਭਟ ਪਹਿਲਾ ਮਤਲਬ ਹੈਗਾ ਸੀ ਉਪਗ੍ਰਹਿ ਭਾਰਤ ਦਾ ਜੋ ਭਾਰਤ ਵੱਲੋਂ ਛੱਡਿਆ ਗਿਆ ਸੀ অপਸ਼ਨ ਨੰਬਰ 1 ਸਹੀ ਆ ਡਾਇਨਾਮਾਈਟ ਦੀ ਖੋਜ ਕਿਹਨੇ ਕੀਤੀ ਜੀ ਐਲਫਰੇਡ ਨੋਬਲ ਨੇ ਐਂਟੀਨ ਲਾਵੇਸੀਅਰ ਨੇ ਮੈਰੀ ਕਿਊਰੀ ਨੇ ਥਾਮਸ ਨੇ ਡਾਇਨਾਮਾਈਟ ਦੀ ਖੋਜ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਐਲਫਰੇਡ ਨੋਬਲ ਨੇ ਕੀਤੀ ਸੀ অপਸ਼ਨ ਨੰਬਰ 1 ਦੇ ਨਾਲ ਜਾਵਾਂਗੇ 8 ਨੰਬਰ ਪ੍ਰਸ਼ਨ ਕਿਸ ਕ੍ਰਿਕਟਰ ਨੇ ਟੈਸਟ ਵਿੱਚ ਸਭ ਤੋਂ ਪਹਿਲਾਂ 10000 ਰਨ ਬਣਾਏ? ਅਲਾਨ ਵਾਰਡਰ ਨੇ, ਬਰੇਨ ਲਾਰਾ ਨੇ, ਸੰਚਲ ਸੰਚਨ ਤੰਦੂਲਕਰ ਨੇ, ਸੁਚੀਨ ਗਾਵਸਕਰ ਨੇ। ਸੋ ਇਹ ਤੁਸੀਂ ਸਾਰੇ ਜਾਣਦੇ ਆਪਸ਼ਨ ਨੰਬਰ 4 ਸਹੀ ਹੈ। ਟੈਸਟ ਮੈਚ ਕ੍ਰਿਕਟ ਦੇ ਟੈਸਟ ਮੈਚ ਦੇ ਵਿੱਚ ਸਭ ਤੋਂ ਪਹਿਲਾਂ 10000 ਰਨ ਬਣਾਉਣ ਵਾਲਾ ਸੀ ਸੁਨੀਲ ਗਾਵਸਕਰ। ਬਗਲੀਹਾਰ ਹਾਈਡਰੋ ਪਾਵਰ ਪ੍ਰੋਜੈਕਟ ਕਿਸ ਦਰਿਆ ਉੱਪਰ ਬਣਿਆ ਹੋਇਆ ਹੈ? ਸੋ ਬਗਲੀਹਾਰ ਹਾਈਡਰੋ ਪਾਵਰ ਪ੍ਰੋਜੈਕਟ ਹੈ ਜੀ ਉਹ ਬਿਆਸ ਚਨਾਬ ਰਾਵੀ ਜਾਂ ਸਤਲੁਜ ਇੰਨਾ ਚਾਰੇ ਦਰਿਆਵਾਂ ਦੇ ਵਿੱਚੋਂ ਕਿਹੜੇ ਦਰਿਆ ਤੇ ਹੈ ਜੀ ਆਪਸ਼ਨ ਨੰਬਰ 2 ਸਹੀ ਹੈ ਚਨਾਬ ਤੇ ਬਣਿਆ ਹੋਇਆ ਚਨਾਬ ਤੇ ਬਗਲੀਹਾਰ ਹਾਈਡਰੋ ਪਾਵਰ ਪ੍ਰੋਜੈਕਟ ਚਨਾਬ ਦਰਿਆ ਦੇ ਉੱਪਰ ਬਣਿਆ ਹੋਇਆ 10 ਨੰਬਰ ਪ੍ਰਸ਼ਨ ਇੰਨਾ ਵਿੱਚੋਂ ਕਿਹੜੇ ਦੇਸ਼ ਮੈਕਮੋਹਨ ਲਾਈਨ ਦੁਆਰਾ ਵੰਡੇ ਗਏ ਭਾਰਤ ਤੇ ਪਾਕਿਸਤਾਨ ਨੂੰ ਵੰਡਿਆ ਗਿਆ ਚੀਨ ਅਤੇ ਭਾਰਤ ਨੂੰ ਵੰਡਿਆ ਗਿਆ ਭਾਰਤ ਅਤੇ ਬੰਗਲਾਦੇਸ਼ ਪਾਕਿਸਤਾਨ ਤੇ ਚੀਨ ਸੋ ਭਾਰਤ ਤੇ ਪਾਕਿਸਤਾਨ ਬੰਡੇਗੇ ਸੀ ਰੈਡ ਕਲਿਫ ਦੇ ਰਾਹੀਂ ਸੋ ਇੱਥੇ ਮੈਕਮੋਹਨ ਪੁੱਛਿਆਗਾ ਇਹਦੇ ਰਾਹੀਂ ਬੰਡੇਗੇ ਆਪਸ਼ਨ ਨੰਬਰ 2 ਭਾਰਤ ਤੇ ਚੀਨ ਸੋ ਭਾਰਤ ਤੇ ਚੀਨ ਦੇ ਵਿਚਕਾਰ ਜਿਹੜੀ ਲਾਈਨ ਖਿੱਚੀ ਹੋਈ ਹੈ ਸਰਹੱਦ ਬਣਾਈ ਹੋਈ ਹੈ ਲਾਈਨ ਹੈਗੀ ਉਹਨੂੰ ਜਾਣਿਆ ਜਾਂਦਾ ਮੈਕਮੋਹਨ ਦੇ ਤੌਰ ਤੇ ਜਿਹੜੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਆ ਉਹ ਰੈਡ ਕਲਿਫ ਦੇ ਤੌਰ ਤੇ ਜਾਣਿਆ ਜਾਂਦਾ ਅਫਗਾਨਿਸਤਾਨ ਤੇ ਇਧਰੋਂ ਜੋੜਦੀ ਆ ਭਾਰਤ ਪਾਕਿਸਤਾਨ ਨੂੰ ਉਹ ਡਰੰਡ ਰੇਖਾ ਦੇ ਤਰਤੇ ਜਾਣੇ ਹਨ ਡਰੰਡ ਲਾਈਨ ਸੋ 11 ਨੰਬਰ ਪ੍ਰਸ਼ਨ ਦੇਖਦੇ ਆਂ ਰਾਸ਼ਟਰੀ ਗਵਰਨੈਂਸ ਦਿਵਸ ਭਾਰਤ ਵਿੱਚ ਕਦੋਂ ਮਨਾਇਆ ਜਾਂਦਾ 24 ਦਸੰਬਰ 25 ਦਸੰਬਰ 26 ਦਸੰਬਰ ਜਾਂ 31 ਦਸੰਬਰ ਸੋ ਰਾਸ਼ਟਰੀ ਗਵਰਨੈਂਸ ਦਿਵਸ ਭਾਰਤ ਦੇ ਵਿੱਚ 25 ਦਸੰਬਰ ਦੇ ਦਿਨ ਮਨਾਇਆ ਜਾਂਦਾ ਸੋ 12 ਨੰਬਰ ਪ੍ਰਸ਼ਨ ਦੇਖਦੇ ਆ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਕਲਪਨਾਤਮਕ ਲਕੀਰ ਭਾਰਤ ਨੂੰ ਲਗਭਗ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ ਸੋ ਕਿਹੜੀ ਲਖੀਰ ਹੈ ਜੀ ਦੇਖੋ ਭੂਮਾਦਰ ਰੇਖਾ ਤਾਂ ਹੈ ਨਹੀਂ ਉਹ ਤਾਂ ਭਾਰਤ ਦੇ ਵਿੱਚੋਂ ਲੰਘਦੀ ਨਹੀਂ ਹੈਗੀ ਮਕਰ ਰੇਖਾ ਪੂਮਾਦਰ ਰੇਖਾ ਦੇ ਨੀਚੇ ਆ ਜਾਂਦੀ ਹੈ ਕਰਕ ਰੇਖਾ ਆਪਸ਼ਨ ਨੰਬਰ 1 ਸਹੀ ਹੈ ਕਰਕ ਰੇਖਾ ਭਾਰਤ ਦੇ 8 ਰਾਜਾਂ ਵਿੱਚ ਦੀ ਲੰਘਦੀ ਹੈ ਯਾਦ ਰੱਖਿਓ ਜਿੱਥੋਂ ਦੀ ਕਰਕ ਰੇਖਾ ਲਰਾ ਹੁੰਦੀ ਹੈ ਤਾਂ ਭਾਰਤ ਦੇ 8 ਰਾਜ ਆ ਜਾਂਦੇ ਆ ਇਹ ਭਾਰਤ ਨੂੰ ਦੋ ਭਾਗਾਂ ਵਿੱਚ ਵੰਡ ਦਿੰਦੀ ਆ ਬਰਾਬਰ ਦੋ ਭਾਗਾਂ ਵਿੱਚ ਵੰਡ ਦਿੰਦੀ ਹੈ ਲਗਭਗ 13 ਨੰਬਰ ਪ੍ਰਸ਼ਨ ਡੇਂਗੂ ਫਲਾਉਣ ਵਾਲੇ ਵਾਇਰਸ ਦਾ ਵਾਹਕ ਕੌਣ ਹੈ ਕਾਕਰੋਚ ਘਰੇਲੂ ਮੱਖੀ ਮਾਦਾ ਐਨਫਲਾਈਜ਼ ਮੱਛਰ ਮਾਦਾ ਏਡੀਜ਼ ਸੋ ਇਹ ਦੋ ਆਪਸ਼ਨਾਂ ਦੇ ਵਿੱਚੋਂ ਇੱਕ ਆਪਸ਼ਨ ਆਉਣੀ ਹੈ ਕਾਕਰੋਚ ਤੇ ਘਰੇਲੂ ਮੱਖੀ ਇਹ ਕੱਟੇ ਜਾਣਗੇ ਸੋ ਮਾਦਾ ਐਨਫਲਾਈਜ਼ ਮੱਛਰ ਤੇ ਮਾਦਾ ਏਡੀਜ਼ ਤਿੰਨ ਤੇ ਚਾਰ ਦੇ ਵਿੱਚੋਂ ਡੇਂਗੂ ਫਲਾਉਣ ਵਾਲੇ ਵਾਇਰਸ ਦਾ ਵਾਹਕ ਕੌਣ ਹੈ ਜੀ 13 ਨੰਬਰ ਪ੍ਰਸ਼ਨ ਦੇ ਅਨੁਸਾਰ ਆਪਸ਼ਨ ਨੰਬਰ 4 ਸਹੀ ਹੈ ਮਾਦਾ ਏਡੀਜ਼ ਐਨਫਲਾਈਜ਼ ਨਾਲ ਮਲੇਰੀਆ ਫੈਲਦਾ ਜੀ ਮਾਦਾ ਐਨਫਲਾਈਜ਼ ਮੱਛਰ ਹੈ ਤਾਂ ਮਲੇਰੀਆ ਫੈਲਦਾ ਹੈ ਡੇਂਗੂ ਦੀ ਗੱਲ ਕਰੀਏ ਮਾਦਾ ਏਡੀਜ਼ ਮੱਛਰ ਹੁੰਦੀ ਹੈ ਜਿਹੜੀ ਤੇ ਉਹਦੇ ਨਾਲ ਡੇਂਗੂ ਫੈਲਦਾ ਜੀ ਭਾਰਤ ਦਾ ਕਿਹੜਾ ਹਵਾਈ ਅੱਡਾ ਸਭ ਤੋਂ ਵੱਧ ਉਚਾਈ ਤੇ ਸਥਿਤ ਹੈ ਭੂਤਰ ਮਹਾਨਾਲੀ ਲੇ ਸਿਮਲਾ ਸੋ ਇਹ ਲੇ ਦੇ ਨਾਲ ਜਾਵਾਂਗੇ ਪਰ ਲੇ ਵਾਲਾ ਹਵਾਈ ਅੱਡਾ ਜਿਹੜਾ ਭਾਰਤ ਦੇ ਵਿੱਚ ਸਭ ਤੋਂ ਉਚਾਈ ਤੇ ਸਥਿਤ ਹੈ ਜੀ ਸਭ ਤੋਂ ਉੱਚਾ ਹੈਗਾ ਲੇ ਦੇ ਵਿੱਚ ਬਣਿਆ ਹੋਇਆ ਭਾਰਤ ਦਾ ਹਵਾਈ ਅੱਡਾ 14 ਨੰਬਰ ਦੇ ਅਨਸਾਰ ਆਪਸ਼ਨ ਨੰਬਰ 3 ਸਹੀ ਹੈ। ਸੋ 15 ਨੰਬਰ ਪ੍ਰਸ਼ਨ ਅੱਜ ਦੇ ਵੀਡੀਓ ਲੈਕਚਰ ਦਾ ਆਪਣਾ ਆਖਰੀ ਪ੍ਰਸ਼ਨ ਹੈ ਜੀ। ਸੋ ਐਸਐਸਟੀ ਦੇ ਨੋਟਸ ਜੇਕਰ ਤੁਸੀਂ ਲੈਣੇ ਹੋਣ ਆਪਾਂ ਤੁਹਾਨੂੰ ਜਾਣਕਾਰੀ ਆਪਣੀ ਡੈਮੋ ਵੀਡੀਓ ਦੇ ਵਿੱਚ ਵੀ ਦਿੱਤੀ ਹੋਈ ਹੈ ਜੇਕਰ ਤੁਸੀਂ ਐਸਐਸਟੀ ਦੇ ਨੋਟਸ ਲੈਣ ਲਈ ਲੈਣੇ ਹਨ ਤਾਂ ਤੁਸੀਂ ਆਪਣੇ ਚੈਨਲ ਤੇ ਪਾਈ ਹੋਈ ਡੈਮੋ ਵੀਡੀਓ ਦੇਖ ਸਕਦੇ ਹੋ। ਡੈਮੋ ਦਿਖਾਏ ਹੋਏ ਆ ਉਹਦੇ ਵਿੱਚ ਕੁ ਇੱਕ ਇਹੋ ਜਿਹੇ ਨੋਟਸ ਬਣਾਏ ਹੋਏ ਨੇ। ਕਿੰਨੀਆਂ ਪੀਡੀਐਫ ਫਾਈਲਾਂ ਬਣਾਈਆਂ ਹੋਈਆਂ ਨੇ। ਤੁਸੀਂ ਕਿਵੇਂ ਉਹਨਾਂ ਨੂੰ ਪੜ ਸਕਦੇ ਹੋ ਕਿਵੇਂ ਤੁਹਾਨੂੰ ਮਿਲਣਗੇ ਸੋ ਇੱਕ ਵਾਰੀ ਆਪਾਂ ਇੱਥੇ ਵੀ ਦੱਸ ਦਿੰਦੇ ਆ ਐਸਐਸਟੀ ਦੇ ਨੋਟਸ ਨੇ ਜੀ ਸਾਰੇ ਜਿਹਦੇ ਵਿੱਚ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਹਿਸਟਰੀ ਪੰਜਾਬ ਹਿਸਟਰੀ ਸਾਰਾ ਕੁਝ ਦਿੱਤਾ ਹੋਇਆ ਹੈ ਜਿਹੜਾ ਹਿਸਟਰੀ ਦੇ ਵਿੱਚ ਪੁੱਛਿਆ ਜਾਂਦਾ ਸੋ ਤੁਸੀਂ 400 ਰੁਪਿਆ ਸਾਨੂੰ ਮਤਲਬ ਪੇ ਕਰਨਾ ਹੈ 94 645 94886 ਇਹ ਨੰਬਰ ਨੋਟ ਕਰ ਲਓ ਇਸ ਨੰਬਰ ਤੇ 400 ਰੁਪਏ ਨੇ ਜਿਹੜੇ ਉਹ ਤੁਸੀਂ Google Pay PhonePe Paytm ਜਿਵੇਂ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਸਾਨੂੰ ਸੈਂਡ ਕਰ ਦਿਓ ਜੇ ਤੁਹਾਡੇ ਕੋਲ ਇਹ ਆਪਸ਼ਨਾਂ ਨਹੀਂ ਚੱਲਦੀਆਂ ਸੀ ਸਾਨੂੰ ਕੋਡ ਨੰਬਰ ਭੇਜ ਦੇਵਾਂਗੇ ਸਿੱਧਾ ਤੁਸੀਂ ਆਪਣੇ ਆਣ ਗਵਾਂਡ ਤੋਂ ਭੈਣ ਭਰਾ ਤੋਂ ਆਪਣੇ ਆਪ ਕਿਤੋਂ ਵੀ ਸੈਂਡ ਕਰਵਾ ਸਕਦੇ ਹੋ 94645 94886 ਤੇ 400 ਸਿਰਫ 400 ਜਿਹੜਾ ਕਿ 4000 ਦਾ ਕੰਮ ਸਿਰਫ 400 ਰੁਪਏ ਦੇ ਵਿੱਚ ਤੁਹਾਡੇ ਮੋਬਾਈਲ ਤੇ ਇੱਕ ਸਕਿੰਟ ਦੇ ਵਿੱਚ ਸੈਂਡ ਕਰ ਦੇਵਾਂਗੇ ਸੀ ਸੋ ਇਸ ਨੰਬਰ ਤੇ ਪੇ ਕਰਨ ਤੋਂ ਬਾਅਦ ਉਹਦਾ ਤੁਸੀਂ ਸਕਰੀਨ ਸ਼ਾਟ ਲੈ ਲਓ ਜਦੋਂ ਤੁਸੀਂ 400 ਪੇ ਕਰਤਾ ਉਹਦਾ ਸਕਰੀਨ ਸ਼ਾਟ ਲੈ ਕੇ ਸਕਰੀਨ ਸ਼ਾਟ ਸਾਡੇ ਇਸ ਨੰਬਰ ਤੇ ਭੇਜੋ 8847477007 ਤੇ ਤੁਸੀਂ ਸੈਂਡ ਕਰ ਦਿਓ ਅਸੀਂ ਵੈਰੀਫਾਈ ਕਰਕੇ ਵੀ ਤੁਹਾਡੀ ਪੇਮੈਂਟ ਆ ਗਈ ਅਸੀਂ ਤੁਹਾਨੂੰ ਨਾਲ ਦੀ ਨਾਲ ਨੋਟਸ ਸੈਂਡ ਕਰ ਦਿਆਂਗੇ ਸੋ ਇਹ ਸੀ ਐਸਐਸਟੀ ਦੇ ਨੋਟਸ ਸੀਡੀਪੀ ਦੇ ਨੋਟਸ ਬਣ ਗਏ ਨੇ ਅੱਜ 2 ਤਰੀਕ ਹੈ 2 ਸੀਡੀਪੀ 2 ਦਸੰਬਰ ਹੈ ਸੋ ਅੱਜ ਸ਼ਾਮ ਨੂੰ ਅਸੀਂ ਉਹਦੀ ਡੈਮੋ ਕਲਾਸ ਪਾ ਦਿਆਂਗੇ ਸੋ ਆਖਰੀ ਪ੍ਰਸ਼ਨ ਹੈ ਜੀ 15 ਨੰਬਰ ਸੰਸਾਰ ਵਿੱਚ ਸਭ ਤੋਂ ਵੱਧ ਕੁਦਰਤੀ ਗੈਸ ਕਿਹੜਾ ਦੇਸ਼ ਪੈਦਾ ਕਰਦਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਦੱਸਿਆ ਯੂ ਐਸ ਏ অপশন নাম্বার 4 ਸਹੀ ਹੈ ਜੀ ਲੈਕਚਰ ਨੂੰ ਸ਼ੇਅਰ ਕਰ ਦਿਓ ਦੋਸਤਾਂ ਮਿੱਤਰਾਂ ਨੂੰ ਅੱਗੇ ਸੈਂਡ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਅਗਲੇ ਵੀਡੀਓ ਲੈਕਚਰ ਦੇ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ